ਮਿੱਟੀ ਤੇ ਪੈਰਾਂ ਦੇ ਨਿਸ਼ਾਨ ਤੇ ਡੰਗਰਾਂ ਦੇ ਵਾੜੇ ਚ ਖੂਨੋ ਖੂਨ ਪਏ ਜਾਨਵਰ, ਜਿੱਥੇ ਪਿੰਡ ਦੇ ਲੋਕ ਵੀ ਹੁਣ ਖੌਫ ਜ਼ਿਆਦਾ ਨੇ। ਦਰਅਸਲ ਇਹ ਨਿਸ਼ਾਨ ਇੱਕ ਖੂੰਖਾਰ ਜਾਨਵਰ ਦੇ ਨੇ। ਮੰਨਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਇੱਕ ਤੇਂਦੂਆ ਜਾਂ ਕੋਈ ਚੀਤਾ ਘੁੰਮ ਰਿਹਾ ਹੈ, ਜੋ ਇਹਨਾਂ ਡੰਗਰਾਂ ਦਾ ਸ਼ਿਕਾਰ ਕਰ ਰਿਹਾ ਹੈ, ਪਸ਼ੂਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਤੇ ਜਾਨੋ ਮਾਰ ਰਿਹਾ ਹੈ। ਇੱਥੋਂ ਤੱਕ ਕਿ ਡੰਗਰਾਂ ਦੇ ਵਾੜੇ ਵੀ ਖੂਨੋ ਖੂਨ ਕਰ ਦਿੱਤੇ ਨੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਦਿਨ ਤੋਂ ਇੱਥੇ ਤੇਂਦੂਆ ਘੁੰਮ ਰਿਹਾ ਹੈ, ਕੁਝ ਲੋਕਾਂ ਨੇ ਉਸਨੂੰ ਦੇਖਿਆ ਵੀ ਹੈ, ਪਰ ਫਿਰ ਵੀ ਇਸ ਦੇ ਬਾਵਜੂਦ ਜੰਗਲਾਤ ਵਿਭਾਗ ਦੇ ਹੱਥ ਖਾਲੀ ਨੇ। ਤੇਂਦੂਏ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਤੱਕ ਤਾਂ ਇਹ ਵੀ ਜ਼ਾਹਰ ਨਹੀਂ ਹੋ ਰਿਹਾ ਕਿ ਆਖਿਰ ਇਹ ਖੂੰਖਾਰ ਜਾਨਵਰ ਤੇਂਦੂਆ ਜਾਂ ਚੀਤਾ, ਪਰ ਇੱਥੇ ਕਿਸਾਨਾਂ ਦੇ ਜਾਨਵਰਾਂ ਨੂੰ ਸ਼ਿਕਾਰ ਜ਼ਰੂਰ ਬਣਾਇਆ ਜਾ ਰਿਹਾ ਹੈ। ਹਾਲਾਂਕਿ ਇੱਥੇ ਲੋਕਾਂ ਲਈ ਵੀ ਖਤਰਾ ਹੀ ਮੰਡਰਾ ਰਿਹਾ ਹੈ। ਡਰਦੇ ਹੋਏ ਲੋਕ ਰਾਤ ਵੇਲੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਤੇ ਜਿੱਥੇ ਆਸ ਪਾਸ ਇਸ ਜਾਨਵਰ ਦੇ ਹੋਣ ਦਾ ਸ਼ੱਕ ਹੋਏ ਤਾਂ ਲੋਕ ਉੱਥੋਂ ਵੀ ਦੂਰੀ ਬਣਾ ਲੈਂਦੇ ਨੇ। ਮਾਮਲਾ ਸਮਾਣਾ ਤੋਂ ਸਾਹਮਣੇ ਆਇਆ ਹੈ। ਸਮਾਣਾ ਦੇ ਡਕਾਲਾ ਪਿੰਡ ਦੇ ਵਿੱਚ ਲੋਕ ਸਹਿਮੇ ਹੋਏ ਨੇ, ਖੌਫ ਦੇ ਵਿੱਚ ਨੇ, ਕਿਉਂਕਿ ਇੱਥੇ ਇੱਕ ਖੂੰਖਾਰ ਜਾਨਵਰ ਇਸ ਪਿੰਡ 'ਚ ਘੁੰਮ ਰਿਹਾ ਹੈ, ਜੋ ਹਾਲੇ ਤੱਕ ਤਾਂ ਕਈ ਜਾਨਵਰਾਂ ਨੂੰ ਸ਼ਿਕਾਰ ਬਣਾ ਚੁੱਕਿਆ ਹੈ, ਪਰ ਇੱਥੇ ਲੋਕਾਂ ਦੀ ਜਾਨ ਤੇ ਵੀ ਖਤਰਾ ਮੰਡਰਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਹੈ। ਵਾਈਲਡ ਲਾਈਫ ਫੋਰੈਸਟ ਡਿਪਾਰਟਮੈਂਟ ਵੀ ਇੱਥੇ ਮੌਜੂਦ ਹੈ, ਆਪਣੀ ਪੂਰੀ ਵਾਹ ਲਾ ਰਹੇ ਨੇ, ਪਰ ਹਾਲੇ ਤੱਕ ਤੇਂਦੂਆ ਇਹਨਾਂ ਦੇ ਹੱਥ ਨਹੀਂ ਆਇਆ, ਜਾਂ ਜੋ ਵੀ ਖੂੰਖਾਰ ਜਾਨਵਰ ਹੈ ਅਜੇ ਤੱਕ ਕਾਬੂ ਨਹੀਂ ਕੀਤਾ ਗਿਆ, ਜਿਸ ਕਰਕੇ ਲੋਕ ਡਰ ਦੇ ਸਾਏ ਹੇਠ ਨੇ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਵਾੜੇ ਦੇ ਵਿੱਚ ਕੁੱਤਿਆਂ ਨੂੰ ਸ਼ਿਕਾਰ ਬਣਾਇਆ। ਹੁਣ ਲੋਕਾਂ ਦਾ ਕਹਿਣਾ ਹੈ ਕਿ ਇਸ ਜਿਸ ਵਾੜੇ 'ਚ ਇਹ ਖੂੰਖਾਰ ਜਾਨਵਰ ਵੜਿਆ, ਇੱਥੇ ਕਰੀਬ 10 ਕੁੱਤੇ ਸਨ ਜਿਨ੍ਹਾਂ ਨੂੰ ਮਾਰ ਮੁਕਾਇਆ ਹੈ, ਤੇ ਕਈ ਇੱਥੋਂ ਗਾਇਬ ਨੇ, ਕਈਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਨੇ, ਤੇ ਪੂਰਾ ਵਾੜਾ ਹੀ ਖੂਨ ਦੇ ਨਾਲ ਲੱਥ-ਪੱਥ ਪਿਆ ਹੈ, ਜਿਸ ਕਰਕੇ ਲੋਕ ਹੋਰ ਵੀ ਡਰੇ ਹੋਏ ਨੇ, ਕਿਉਂਕਿ ਇਹ ਜਾਨਵਰ ਬੇਹੱਦ ਖਤਰਨਾਕ ਹੈ। ਮਿੱਟੀ ਦੇ ਉੱਤੇ ਪੈਰਾਂ ਦੇ ਨਿਸ਼ਾਨ ਦਿਖਾਉਂਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਇੱਕ ਜਾਨਵਰ ਦੇ ਨਿਸ਼ਾਨ ਨੇ ਜੋ ਇੱਥੇ ਆਲੇ ਦੁਆਲੇ ਹੀ ਕਿਤੇ ਘੁੰਮ ਰਿਹਾ ਹੈ, ਪਰ ਅਜੇ ਤੱਕ ਇਹ ਨਿਗਾਹ ਤੋਂ ਬਚਿਆ ਹੋਇਆ ਹੈ, ਤੇ ਫੋਰੈਸਟ ਡਿਪਾਰਟਮੈਂਟ ਵੀ ਇਹਨੂੰ ਕਾਬੂ ਨਹੀਂ ਕਰ ਸਕਿਆ ਹੈ, ਜਿਸ ਲਈ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਜਾਨਵਰ ਨੂੰ ਕਾਬੂ ਕੀਤਾ ਜਾਏ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ। ਚਰਨਜੀਤ ਸਿੰਘ ਗੱਲ ਕਰ ਰਹੇ ਹੋ ਜੀ? ਸਰ, ਵਾਈਲਡ ਲਾਈਫ ਤੋਂ ਗੱਲ ਪੁੱਛਣਾ ਸੀ ਸਰ। ਸਾਡੇ ਪਿੰਡ ਚੀਤਾ ਆ ਗਿਆ ਜੀ, ਡਕਾਲਾ ਜੀ। ਹਾਂਜੀ, ਹਾਂ ਜੀ, ਸਾਰਾ ਕੁਛ ਹੈ ਜੀ। ਫੋਟੋ ਤਾਂ ਨਹੀਂ ਹੈਗੀ ਜੀ, ਬਾਕੀ ਨੁਕਸਾਨ ਦੀ ਫੋਟੋ ਆ ਜੀ। ਜਾਨਵਰ ਦਾ ਕਰਦਾ ਜੀ, ਕੁੱਤਿਆਂ ਦਾ, ਕੁੱਤਿਆਂ ਦਾ ਕਰਤਾ ਜੀ। ਅੱਛਾ ਜੀ, ਆਹ ਛੁੱਟੀ ਤੇ ਨਹੀਂ, ਦੇਖੋ ਜੀ। ਅੱਛਾ ਜੀ, ਨੰਬਰ ਨੋਟ ਕਰ। ਇਹ ਤੇਂਦੂਏ ਦੇ ਮਾਰੇ ਹੋਏ ਨੇ ਬਈ। ਕਦੋਂ? ਇਹ ਰਾਤ 11 ਕੁ ਵਜੇ ਲਾ ਲਿਓ, ਰਣਧੀਰ ਸਿੰਘ ਦੇ ਘਰ ਮੂਹਰੇ 2 ਉੱਥੇ ਨਾਲੇ ਪੈੜਾਂ ਨੇ। ਬਾਕੀ ਤੜਕੀ 4-5 ਵਜੇ ਸਾਡੇ ਘਰੇ ਲਾ ਲਾ 3-4 ਕੁਤਰੀਏ ਨਵੀਂ ਕੋਠੀ 'ਚ ਉੱਥੇ ਮਾਰੇ ਪਏ ਨੇ। ਹੁਣ ਸਰਕਾਰ ਕੋਈ ਗੌਰ ਕਰੇ, ਕੋਈ ਅਫਸਰ ਜਾਂ ਕੋਈ ਵੀ ਬੰਦਾ ਭੇਜੇ। ਕੋਈ ਗੱਲਬਾਤ ਹੋਈ ਹੈ ਮਹਿਕਮੇ ਦੇ? ਨਾ ਜੀ, ਸਾਡੇ ਕੋਲ ਨਾ ਕਿਸੇ ਦਾ ਨੰਬਰ, ਨਾ ਕਿਸੇ ਨਾਲ ਗੱਲਬਾਤ ਹੋਈ। ਕਿੰਨਾ ਕੁ ਨੁਕਸਾਨ ਕਰ ਗਿਆ? ਨੁਕਸਾਨ ਜਾਨਵਰ ਇਹ ਖਾ ਗਿਆ ਜੀ, ਨੁਕਸਾਨ ਇਹ ਅਣਬੁੱਲਾ ਤਾਂ ਮਾਰਤਿਆ, ਨੁਕਸਾਨ ਹੀ ਆ ਨਾ ਇਹ ਬੰਦਿਆਂ ਨੂੰ ਖਤਰਾ ਜੀ। ਕੋਈ ਬੇਭੁਲੇਖੇ ਤੜਕੀ ਬੰਦਾ ਬਾਹਰ ਨਿਕਲ ਜੇ, ਉਹਨੂੰ ਕਿਹੜਾ ਛੱਡਦਾ? ਹਾਂ, ਲਾਓਸਮਿੰਟ ਹੋ ਰਹੀ ਆ, ਬਾਬੇ ਨੇ ਕਰੀ ਆ ਲਾਓਸਮਿੰਟ ਜੀ, ਦੋਵੇਂ ਗੁਰਦੁਆਰਿਆਂ 'ਚ। ਮੇਰਾ ਨਾਮ ਵੀਰੇ ਗੱਗੀ ਆ, ਪਿੰਡ ਡਕਾਲਾ ਆਪਣਾ। ਅੱਛਾ ਜੀ, ਕੀ ਹੋਇਆ ਰਾਤ? ਵੀਰ ਜੀ, ਰਾਤ ਨਾ ਇੱਥੇ ਕਤੂਰੀਏ ਸਾਡੇ ਕਾਫੀ ਨੁਕਸਾਨ ਕਰ ਗਿਆ ਚੀਤਾ। ਭਾਅ ਜੀ, ਚੀਤਾ ਸੀ ਭਾਈ ਤੇਂਦੂਆ, ਉਹ ਪਤਾ ਨਹੀਂ ਹੈਗਾ ਆਪਾਂ ਨੂੰ ਇਹਦੇ ਬਾਰੇ ਐਗਜੈਕਟ।
ਅਤੇ ਬਾਕੀ ਇਹਦੀ ਗੌਰ ਕਰੀ ਜਾ ਇਹ ਜਲਦੀ ਤੋਂ ਜਲਦੀ। ਹੁਣ ਸਾਡੇ 4-5 ਫੁੱਟ ਤੱਕ ਕੰਧਾਂ 'ਤੇ ਵੀ ਨਿਸ਼ਾਨ ਪਾਏ ਹੋਏ ਅੰਦਰ ਕੋਠੀ 'ਚ ਦੇਖ ਲਓ ਜਾ ਕੇ, ਵੀ ਖੂਨ ਦੇ ਬਲੱਡ ਦੇ ਕਤੂਰੀਏ ਮਾਰੇ ਹੋਏ ਆ, ਘੱਟੋ ਘੱਟ 10-12 ਕਤੂਰੀਏ ਸਿਰ 'ਤੇ ਉਹਨਾਂ ਦੇ, 3-4 ਚਲੋ ਡੈੱਡ ਬੋਡੀਆਂ ਪਈਆਂ ਉਹਨਾਂ ਦੀਆਂ, ਮਰੇ ਪਏ ਹਾਂ, ਬਾਕੀ ਦਾ ਪਤਾ ਨਹੀਂ ਲੱਗ ਰਿਹਾ ਹੈਗਾ। ਅਤੇ ਬਾਕੀ ਹੁਣ ਇਹਦਾ ਸਰਕਾਰ ਨੂੰ ਬੇਨਤੀ ਆ ਵੀ ਇਹਦੀ ਗੌਰ ਕਰੀ ਜਾਵੇ ਅਤੇ ਇਹਨੂੰ ਕਾਬੂ ਕਰਿਆ ਜਾਵੇ, ਵੀ ਕਿਸੇ ਬੰਦੇ ਦਾ ਵੀ ਨੁਕਸਾਨ ਕਰਦਾ ਤਾਂ ਨੇਰੇ ਸਵੇਰੇ ਚਲੋ ਨਿਕਲਦਾ ਹੀ, ਅਗਲਾ ਬਾਹਰ ਡੇਰਿਆਂ 'ਚ ਬੈਠੇ ਹਾਂ ਅਸੀਂ, ਵੀ ਇਹਦਾ ਚਲ ਜਲਦੀ ਤੋਂ ਜਲਦੀ ਕੋਈ ਕਾਬੂ ਕਰੇ ਇਹਨੂੰ ਕਿਸੇ ਤਰ੍ਹਾਂ ਸਰਕਾਰ। ਨਹੀਂ ਘਰਾਂ 'ਚ ਤਾਂ ਨਹੀਂ ਆਇਆ ਹੈਗਾ, ਇਹ ਘਰ ਆ ਵੈਸੇ ਆਪਣਾ ਘਰ ਆ ਵੈਸੇ ਬਾਗਲ ਨੇ ਸਾਡੇ ਬਾਹਰ। ਆਪਣੇ ਘਰ ਤੇ ਬਾਕੀ ਇੱਧਰ 3-4 ਕਤੂਰੇ ਮਰੇ ਪਏ, ਬਾਕੀ ਲੱਭ ਨੀ ਰਹੇ। ਨਿਸ਼ਾਨ ਵਗੈਰਾ ਨਿਸ਼ਾਨ ਤੇ ਹੈਗੇ ਨੇ ਇੱਥੇ ਪੈਰਾਂ ਦੇ, ਤੁਹਾਨੂੰ ਦਿਖਾ ਦਾਂਗੇ ਕੋਈ ਗੱਲ ਨੀ ਬਾਅਦ ਚ। ਕੀ ਲੱਗਦਾ ਕਿੰਨੇ ਕੁ ਤੇਂਦੂਏ ਲੱਗਦੇ? 2 ਤਾਂ ਲੱਗ ਰਹੇ ਨੇ ਇਹ। ਕੋਈ ਫਾਰੈਸਟ ਵਾਲਾ ਅਧਿਕਾਰੀ ਆ ਇਹ? ਨਹੀਂ ਕੋਈ ਨਹੀਂ ਪਹੁੰਚਿਆ ਜੀ ਇੱਥੇ। ਤੁਸੀਂ ਗੱਲਬਾਤ ਕਰੀ ਕਿਸੇ? ਨਹੀਂ ਗੱਲਬਾਤ ਆਪਣੀ ਕੋਲ ਨੰਬਰ ਨਹੀਂ ਹੈਗਾ ਕਿਸੇ ਦਾ। ਅਤੇ ਆਪਾਂ ਨੇ ਬਾਕੀ ਲੋਸ ਮਿੰਟ ਕਰਾਤੀ ਸੀ ਪਿੰਡ 'ਚ ਗੁਰਦੁਆਰੇ ਦੋਨਾਂ 'ਚ, ਬਾਕੀ ਦੇਖਦੇ ਹਾਂ ਕੋਈ ਆਉਂਦਾ ਤਾਂ ਫਿਰ। ਲੋਕਾਂ 'ਚ ਕਿਵੇਂ ਦਾ ਮਾਹੌਲ ਆ? ਅਸੀਂ ਸਾਰੇ ਡਰੇ ਹੋਏ ਹਾਂ, ਖੜੇ ਹਾਂ ਤੁਹਾਡੇ ਸਾਹਮਣੇ, ਕੈਮਰਾ ਘੁੰਮਾ ਕੇ ਦੇਖ ਲਓ, 15-20 ਜਣੇ ਅਸੀਂ ਸਾਰੇ, ਚਲੋ ਪਿੰਡ ਦੇ ਚਲ ਹੈਗਾ ਹੀ ਡਰ ਆ। ਬੰਦੋਬਸਤ ਕਰੇ ਹੋਏ ਨੇ ਤੁਹਾਨੂੰ ਆਪਦੇ ਲੈਵਲ ਦੇ ਉੱਤੇ? ਸਾਡੇ ਕੋਲ ਤਾਂ ਬਸ ਡੰਡੇ ਡੁੰਡੇ ਨੇ, ਆਪਣੇ ਕੋਲ ਹੋਰ ਦਾ ਕੋਈ ਬੰਦੋਬਸਤ ਹੈਗਾ ਨਹੀਂ ਕੋਈ। ਅਪੀਲ ਇਹ ਆ ਵੀ ਸਰਕਾਰ ਨੂੰ ਵੀ ਆਪਣੇ ਅਫਸਰ ਭੇਜੇ ਕੋਈ, ਇਹਨਾਂ ਕੀ ਜਾਂਚ ਕਰੇ ਵੀ ਆ ਕੀ ਇਹਦੇ ਪੈੜਾਂ ਦੇ ਨਿਸ਼ਾਨ ਆ, ਵੀ ਚਲੋ ਫੜੇ ਜਾਵੇ ਇਹਨਾਂ ਨੂੰ, ਵੀ ਚਲ ਅਸੀਂ ਬੈਠੇ ਹਾਂ, ਜਾਨੀ ਮਾਲ ਨਹੀਂ ਕਿਸੇ ਹੋਰ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਸਾਡੇ ਇੱਥੇ। ਮੇਰਾ ਨਾਮ ਵੀਰੇ ਪ੍ਰੀਤ ਡਕਾਲੇ ਤੋਂ ਆ। ਵੀਰੇ ਅਸੀਂ ਤੇਂਦੂਏ ਬਾਰੇ ਕਹਿਣਾ ਚਾਹੁੰਦੇ ਹਾਂ ਵੀ ਘੱਟੋ ਘੱਟ ਮਹੀਨੇ ਤੋਂ ਰੌਲਾ ਪੈ ਰਿਹਾ ਸਾਰੇ ਪੰਜਾਬ 'ਚ, ਹੁਣ ਆਪਣੀ ਸਾਈਡ ਆਇਆ ਜੀ ਰਾਤ ਪਤਾ ਲੱਗਿਆ ਕਤੂਰੇ ਮਾਰਤੇ ਜੀ, ਕੋਈ ਸਰਕਾਰ ਨੂੰ ਕੋਈ ਪਤਾ ਨਹੀਂ ਜੀ, ਆਪਣਾ ਇਕੱਲੀਆਂ ਐਡਵਰਟਾਈਜਮੈਂਟ ਦੇ ਜ਼ੋਰ ਦੇ ਰੱਖਿਆ ਉਹਨਾਂ ਨੇ ਵੀ ਅਸੀਂ ਐਂ ਕਰਤਾ ਉਰੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਜੀ, ਸਾਰਿਆ ਬੱਚਿਆਂ ਨੂੰ ਵੀ ਖਤਰਾ ਜੀ, ਪਸ਼ੂਆਂ ਨੂੰ ਸਭ ਨੂੰ ਖਤਰਾ ਜੀ, ਇਹ ਜੰਗਲੀ ਜਾਨਵਰ ਇਹਨਾਂ ਦਾ ਕੀ ਪਤਾ ਜੀ ਕੀ ਕਰ ਦੇਣ, ਸਾਰਿਆਂ ਨੂੰ ਖਤਰਾ ਜੀ। ਇਹ ਹੁਣ ਦੇਖੋ ਜੀ ਆਪਣੇ ਘਰੇ ਆਏ ਨੇ, ਘਰੇ ਆ ਗਏ ਜੀ ਰਾਤ, ਜੇ ਬਾਹਰ ਹੋਵੇ ਤਾਂ ਵੀ ਹੈ ਜੀ, ਇੱਧਰ ਸਾਰੀ ਕੰਧ ਲਹੂਣਾ ਲਿਬੜੀ ਵੀ ਹੈ ਜੀ। ਸਾਨੂੰ ਅੱਜ ਸਵੇਰੇ ਹੀ ਪਤਾ ਲੱਗਿਆ ਜੀ, ਹਲੇ ਬਾਕੀ ਹੋਰ ਪਤਾ ਲੱਗੂਗਾ ਜੀ ਜਿਉਂ ਜਿਉਂ ਦਿਨ ਚੜੂਗਾ, ਹਲੇ ਤਾਂ ਉਰੇ ਆਇਆ ਜੀ।